ਨੇ ਕੁਦਰਤੋ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਅੱਜ ਨਿਜੀ ਹੋਟਲ ਦੇ ਵਿੱਚ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਪ੍ਰੈਸ ਵਾਰਤਾ ਦੇ ਦੌਰਾਨ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਵਾਰ ਕੀਤੇ ਗਏ ਸਾਡੇ ਨਾਲ ਖੁਦ ਮੌਜੂਦ ਹੈ ਗੁਰਪ੍ਰਤਾਪ ਸਿੰਘ ਵਡਾਲਾ ਜੀ ਸਾਹਿਬ ਅੱਜ ਤੁਹਾਡੇ ਵੱਲੋਂ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਦੇ ਉੱਤੇ ਤੁਸੀਂ ਤਿੱਖੇ ਵਾਰ ਕੀਤੇ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਨਾਕਾਮਯਾਬੀ ਆ ਜਿਹੜੀ ਉਹਨਾਂ ਦੀ ਫੇਲਿਅਰ ਆ ਗੰਨੇ ਦੀ ਕੀਮਤ ਨੂੰ ਲੈ ਕੇ ਗੰਨੇ ਦੀ ਈਦਾਈਗੀ ਨੂੰ ਲੈ ਕੇ ਜਿਸ ਕਰਕੇ ਇੱਥੇ ਧਰਨਾ ਲੱਗਾ ਆ ਜਲੰਧਰ ਲੁਧਿਆਣਾ ਜੀਟੀ ਰੋਡ ਦੇ ਉੱਪਰ ਧੰਨੋਵਾਲੀ ਕੋ ਜਿਹੜਾ ਪਰਸੋਂ ਦਾ ਧਰਨਾ ਲਾ ਲਿਆ ਕਿਸਾਨਾਂ ਨੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅਸੀਂ ਉਹਦੇ ਕਰਕੇ ਅਕਾਲੀ ਦਲ ਦਾ ਜਿਹੜਾ ਪੱਖ ਆ ਉਹ ਸੰਗਤਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਰੱਖਣ ਆਏ ਆ ਕਿ ਅਸੀਂ ਉਹਨਾਂ ਕਿਸਾਨਾਂ ਨਾਲ ਡਟ ਕੇ ਖੜੇ ਆ ਤੇ ਜਿਹੜੀ 310 ਰੁਪਏ ਪਰ ਕਵਾਂਟਲ ਗੰਨੇ ਦੀ ਕੀਮਤ ਆ 2017 ਵਿੱਚ ਵੀ ਹੋਈ ਸੀ 2021 ਵਿੱਚ ਵੀ ਹੋਈ ਆ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਆ ਉਹਨਾਂ ਨੂੰ ਗੰਨੇ ਦੀ ਕੀਮਤ ਵਧਾਉਣੀ ਚਾਹੀਦੀ ਸਰਸਾਲ ਜਿਵੇਂ ਹਰਿਆਣਾ ਆਪਣਾ ਗਵਾਂਢੀ ਸੂਬਾ ਉੱਥੇ 350 ਰੁਪਇਆ ਰੇਟ ਆ ਯੂਪੀ ਵਿੱਚ ਇਸ ਤੋਂ ਵੀ ਜ਼ਿਆਦਾ 385 ਰੁਪਇਆ ਰੇਟ ਆ ਉਹਦੇ ਮੁਤਾਬਕ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਕੀ ਕਿਸਾਨ ਇਸ ਕਰਕੇ ਇੱਥੇ ਬੈਠੇ ਨੇ ਧਰਨਾ ਦੇ ਕੇ ਤੇ ਹੁਣ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਮੰਗ ਨੂੰ ਮੰਨਣਾ ਚਾਹੀਦਾ ਜਿਹੜੀ ਕੀਮਤ ਕਹਿੰਦੇ ਆ ਉਹ ਕੀਮਤ ਲਾਗੂ ਕਰਨੀ ਚਾਹੀਦੀ ਆ ਤੇ ਜਿਹੜੀ ਅਦਾਇਗੀ ਰਹਿੰਦੀ ਆ ਉਹਨਾਂ ਦੀ ਪੁਰਾਣੀ 200 ਕਰੋੜ ਆ ਆਪਣੇ ਪੰਜਾਬ ਦੇ ਜਿਹੜੇ ਗੰਨੇ ਦੇ ਕਾਸ਼ਤਕਾਰ ਨੇ ਚਾਹੇ ਸਰਕਾਰੀ ਮਿਲਾਂ ਹੋਣ ਜਾਂ ਪ੍ਰਾਈਵੇਟ ਮਿਲਾਂ ਹੋਣ ਉਹਦਾਇਗੀ ਵੀ ਪੰਜਾਬ ਸਰਕਾਰ ਨੂੰ ਜਲਦੀ ਛੇਤੀ ਉਹ ਆਪਣੇ ਪੂਰੀ ਕਰਨੀ ਚਾਹੀਦੀ ਆ ਹ ਸਰਕਾਰ ਨੇ 325 ਰੁਪਏ ਕਰ ਦਿੱਤੇ ਮੰਗ ਜਿਹੜੇ ਕਿਸਾਨ ਆ 400 ਰੁਪਏ ਕੁਇੰਟਲ ਮੰਗ ਰਹੇ ਆ ਇਹਨਾਂ ਦੇਖੋ ਜਦੋਂ ਆਪਣੇ ਕਾਂਗਰਸ ਪਾਰਟੀ ਆਪਣੇ ਇਲੈਕਸ਼ਨ ਲੜਨ ਜਾ ਰਹੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਹਰ ਸਾਲ ਅਸੀਂ ਜਿਹੜੀ ਐਸ ਐਪੀ ਆ ਸਟੇਟ ਸ਼ੋਰਟ ਪ੍ਰਾਈਸ ਉਹਦੇ ਵਿੱਚ ਅਸੀਂ ਹਰ ਸਾਲ ਤਕਰੀਬਨ 20 ਰੁਪਏ ਦਾ ਵਾਅਦਾ ਕਰਾਂਗੇ ਇਹ ਗਿਆ ਸੀਗਾ 4 ਸਾਲ ਹੋ ਗਏ ਜੇ 20 ਰੁਪਏ ਦਾ ਵਾਅਦਾ ਲਾਈ ਹੈ 80 ਰੁਪਏ ਹੁਣ ਨੂੰ ਵਾਅਦਾ ਹੋਇਆ ਨਾ ਸੀਗਾ ਤੇ 310 ਰੁਪਏ ਉਦੋਂ ਰੇਟ ਸੀਗਾ ਤੇ ਹੁਣ 390 ਹੋਇਆ ਨਾ ਸੀਗਾ ਇਸ ਕਰਕੇ ਕਿਸਾਨ ਮੰਗ ਕਰ ਰਹੇ ਆ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੇ ਆਖਿਆ ਸੀਗਾ ਇਹ ਕਿ ਅਸੀਂ 20 ਰੁਪਏ ਹਰ ਸਾਲ ਜਿਹੜੀ ਐਸਐਪ ਆ ਜਿਹੜੀ ਜਿਹੜੀ ਕੀਮਤ ਆਪਣੇ ਸੂਬਾ ਆਪਣੇ ਅਦਾ ਕਰਦਾ ਆ ਉਹ ਆਪਣੇ ਅਸੀਂ ਵਾਅਦਾ ਕਰਾਂਗੇ ਹਰ ਸਾਲ ਲੇਕਿਨ ਕੈਪਟਨ ਮਹਿੰਦਰ ਸਿੰਘ ਜੀ ਤੋਂ ਨਹੀਂ ਹੋਇਆ ਇਹਦੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਜਿਸ ਕਰਕੇ ਇਹ ਜਿਹੜੀ ਮੰਗ ਰੱਖੀ ਗਈ ਆ 325 ਕੀਮਤ ਕਿਸਾਨਾਂ ਨੂੰ ਮਨਜ਼ੂਰ ਨਹੀਂ ਜੋ ਕਿਸਾਨ ਚਾਹੁੰਦੇ ਨੇ ਉਹਦੇ ਮੁਤਾਬਕ ਪੰਜਾਬ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਤਾਂ ਹੀ ਕਿਸਾਨਾਂ ਦੀ ਤਸੱਲੀ ਹੋਊਗੀ ਉਸ ਤੋਂ ਬਾਅਦ ਹੀ ਉਹ ਇਹ ਜਿਹੜਾ ਮੋਰਚਾ ਚੱਕਿਆ ਜਾਊਗਾ ਅੱਜ ਕਿਸਾਨਾਂ ਨੂੰ ਮੋਰਚਾ ਲਗਾਏ 3 ਦਿਨ ਹੋ ਗਏ ਬਰਸਾਤ ਪੈ ਰਹੀ ਹੈ ਕਿਸਾਨ ਦਿਨ ਰਾਤ ਸੜਕਾਂ ਦੇ ਉੱਤੇ ਬੈਠਾ ਬੜੀ ਦੇਖੋ ਬੜੀ ਮੁਸ਼ਕਲ ਹੈ ਕਿਸਾਨਾਂ ਵਾਸਤੇ ਆਪਣੇ ਘਰੋਂ ਬੇਕਾਰ ਹੋ ਕੇ ਬੱਚੇ ਛੱਡ ਕੇ ਪਰਿਵਾਰ ਛੱਡ ਕੇ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਉਥੇ ਮੋਰਚੇ ਸਾਹਮਣੇ ਬੈਠੇ ਆ ਉਥੇ ਜਾ ਕੇ ਦੇਖੋ ਹਰ ਪਿੰਡ ਦੇ ਲੋਕ ਉਥੇ ਬੈਠੇ ਨੇ ਵਾਰੀ ਸਰ ਆਉਂਦੇ ਨੇ ਵਾਰੀ ਸਰ ਜਾਂਦੇ ਨੇ ਤੇ ਇੰਨਾ ਲੰਬਾ ਸਮਾਂ ਹੋ ਗਿਆ 9 ਮਹੀਨੇ ਹੋ ਗਏ ਮੋਰਚੇ ਚ ਚੱਲਦੇ ਆ ਨਾ ਦਿੱਲੀ ਤੇ ਬਾਰਡਰ ਉੱਪਰ ਫਿਰ ਕਿੰਨੇ ਆਪਣੇ ਕਿਸਾਨ ਵਿਚਾਰੇ ਬਜ਼ੁਰਗ ਮਤਾਵਾ ਪੈਣਾ ਜਾਂ ਜਿਹੜੇ ਆਪਣੇ ਵੀਰ ਅਜ਼ੀਜ਼ ਆ ਉਹ ਉਹਨਾਂ ਨੇ ਬਲੀਦਾਨ ਦਿੱਤਾ ਉਹਨਾਂ ਨੇ ਆਪਣੇ ਆਪਣੇ ਸ਼ਹੀਦ ਹੋ ਗਏ ਦਮ ਤੋੜਤਾ ਉਹਨਾਂ ਨੇ ਆਉਂਦੇ ਜਾਂਦੇ ਨੇ ਜਾਂ ਉਥੇ ਆਪਣੇ ਕਿਸਾਨੀ ਅੰਦੋਲਨ ਵਿੱਚ ਤੇ ਇੱਥੇ ਵੀ ਪੁਰ ਕਿੰਨਾ ਕਿੰਨੀ ਵਾਰਸ਼ ਸੀ ਕੱਲ ਦੀ ਕਿੰਨੀ ਗਰਮੀ ਦਾ ਮਾਹੌਲ ਆ ਉਹਦੇ باوجود ਵੀ ਵਿਚਾਰੇ ਡਟ ਕੇ ਬੈਠੇ ਆ ਉਹ ਦਿੱਲੀ ਦਾ ਮਾਹੌਲ ਹੈ ਉਹੀ ਹੁਣ ਜਲੰਧਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਅਗਰ ਪੰਜਾਬ ਸਰਕਾਰ ਨੇ ਛੇਤੀ ਫੈਸਲਾ ਨਾ ਲਿਆ ਤੇ ਇਹ ਬਹੁਤ ਛੇਤੀ ਸਾਰੇ ਪੰਜਾਬ ਵਿੱਚ ਕਿਸਾਨਾਂ ਨੇ ਕਹਿਤਾ ਕਿ ਅਸੀਂ ਟੋਲ ਪਲਾਜ਼ੇ ਬੰਦ ਕਰਾਂਗੇ ਰੇਲ ਪਟੜੀਆਂ ਰੋਕਾਂਗੇ ਪੁਲ ਬੰਦ ਕਰਾਂਗੇ ਤੇ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਪੰਜਾਬ ਚੋਂ ਦਿੱਲੀ ਜਾਣ ਤੋਂ ਪਹਿਲਾਂ ਇੱਥੋਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਆਪਣੇ ਤਿੰਨ ਆਰਡੀਨੈਂਸ ਜਾਰੀ ਕੀਤੇ ਸੀ ਕੇਂਦਰ ਸਰਕਾਰ ਨੇ ਉਹੀ ਅੰਦੋਲਨ ਉਹਦੀ ਰੂਪਰੇਖਾ ਉਹ ਰੂਪ ਧਾਰਨ ਜਾ ਰਿਹਾ ਉਹੀ ਆਪਣੀ ਉਹਦੀ ਬਣ ਰਹੀ ਹੈ ਜਿਹੜੀ ਤਸਵੀਰ ਹੈ ਤੇ ਸਾਰੇ ਪੰਜਾਬ ਵਿੱਚ ਇਹ ਅੰਦੋਲਨ ਫੈਲੂਗਾ ਜੇ ਪੰਜਾਬ ਸਰਕਾਰ ਨੇ ਫੈਸਲਾ ਨਾ ਲਿਆ ਸਮੇਂ ਸਰ ਅਗੀ ਦਾ ਆਪਾ ਕਹਿੰਦੇ ਆ ਕਿ ਤਿੰਨ ਕਾਲੇ ਕਾਨੂੰਨ ਤਾਂ ਦਿੱਲੀ ਨੇ ਬਣਾਏ ਆ ਉਹ ਦਿੱਲੀ ਨਹੀਂ ਮੰਨਦੀ ਪਰ ਹੁਣ ਤਾਂ ਕੈਪਟਨ ਮਹਿੰਦਰ ਸਿੰਘ ਜੀ ਤੁਹਾਨੂੰ ਬੇਨਤੀ ਕਰਦੇ ਆ ਇਹ ਤਾਂ ਤੁਹਾਡੇ ਹੱਥ ਪਸੇ ਆ ਤੁਸੀਂ ਬਹੁਤ ਛੇਤੀ ਫੈਸਲਾ ਲੈ ਸਕਦੇ ਆ ਦਾ ਸੋ ਇਹ ਪੰਜਾਬ ਸਰਕਾਰ ਨੂੰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਤਾਂ ਉਹਨਾਂ ਦੀ ਜਿਹੜੀਆਂ ਮੰਗਾਂ ਮੰਨੀਆਂ ਚਾਹੀਦੀਆਂ ਜਿੱਦਾਂ ਤੁਸੀਂ ਕਿਹਾ ਪੰਜਾਬ ਸਰਕਾਰ ਦੇ ਮੁਖੀ ਕੈਪਟਨ ਅਮਿੰਦਰ ਸਿੰਘ ਨੂੰ ਕਿਸਾਨਾਂ ਦੇ ਦੁੱਖ ਔਰ ਜਨਤਾ ਦੇ ਦੁੱਖ ਦੇਖਣੇ ਚਾਹੀਦੇ ਜੇ ਜਨਤਾ ਦੇ ਦੁੱਖ ਜਾਂ ਕਿਸਾਨਾਂ ਦੇ ਦੁੱਖ ਦੇਖਦੇ ਹੁੰਦੇ ਅੱਜ ਤੀਸਰੇ ਦਿਨ ਮੀਟਿੰਗ ਨਾ ਬੁਲਾਉਂਦੇ ਔਰ ਮੀਟਿੰਗ ਜਿਹੜੀ ਬੁਲਾਈ ਆ ਉਹ ਕਿਸੇ ਸਿਰੇ ਨਹੀਂ ਚੜੀ ਇਹ ਤਾਂ ਦੇਖੋ ਇਹ ਗੋਲੀ ਰੇਡ ਕੰਮ ਨਹੀਂ ਹੋਣਾ ਹੁਣ ਇਹ ਡਿਲੀ ਡਾਰਲਿੰਗ ਜਾਂ ਡਿਲੇ ਟੈਕਟਿਕ ਨਹੀਂ ਹੋ ਸਕਦਾ ਇਹਦਾ ਕ ਇਹਦਾ ਆਪਣੇ ਸਿੱਟੇ ਤੇ ਲਿਆਉਣਾ ਹੀ ਪਊਗਾ ਇਹ 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 ਹੋ ਨਹੀਂ ਸਕਦਾ ਕਿ ਕੱਲ ਕਰ ਮੀਟਿੰਗ ਅਖਲੀ ਫਿਰ 4 ਦਿਨ ਬਾਅਦ ਫਿਰ ਅਖਲੀ ਹਫਤੇ ਬਾਅਦ ਫਿਰ ਅਖਲੀ ਜੋ ਦਿੱਲੀ ਵਾਲੇ ਨੇ ਕੀਤਾ ਇਦਾਂ ਨਹੀਂ ਹੋਣਾ ਇਦਾਂ ਆਪਣੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਇਹਦਾ ਹੱਲ ਕਢਣਾ ਚਾਹੀਦਾ ਆ ਤੇ ਜੇ ਜੇ ਆਪਣੇ ਦੇਰ ਕਰਨਗੇ ਡਿਲੇ ਟੈਕਟਿਕਸ ਅਪਣਾਉਣਗੇ ਤਾਂ ਫਿਰ ਇਹ ਅੰਦੋਲਨ ਸਾਰੇ ਪੰਜਾਬ 'ਚ ਫੈਲੂਗਾ ਤਾਂ ਫਿਰ ਲੋਕਾਂ ਨੂੰ ਪਰੇਸ਼ਾਨੀ ਹੋਊਗੀ ਪੰਜਾਬ ਸਰਕਾਰ ਨੂੰ ਇੱਕ ਨਾ ਇੱਕ ਦਿਨ ਤਾਂ ਮਰਨਾ ਹੀ ਪਊਗਾ ਸੁਖਿੰਦਰ ਸਿੰਘ ਰੰਧਾਵਾ ਕੋ ਇਹ ਡਿਪਾਰਟਮੈਂਟ ਹੈ ਅੱਜ ਉਹਨਾਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਮੀਟਿੰਗ ਦਾ ਕੋਈ ਸੰਸਲਾ ਨਹੀਂ ਨਿਕਲਿਆ ਕੋਈ ਕਟਨੀ ਨਹੀਂ ਨਿਕਲਿਆ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਅਸੀਂ ਪਰਸੋ ਫੇਰ ਮੀਟਿੰਗ ਕਰਾਂਗੇ ਕਿਸਾਨ ਜਥੇਬੰਦੀਆਂ ਕੱਲ ਮੀਟਿੰਗ ਕਰ ਰਹੀ ਹੈ ਕੱਲ ਤੋਂ ਆ ਫੇਰ ਪਰਸੋ ਕੀਤੀ ਜਾਏਗੀ ਕਿਤੇ ਨਾ ਕਿਤੇ ਜਨਤਾ ਪਰੇਸ਼ਾਨ ਹੋ ਰਹੀ ਰੇਲ ਟ੍ਰੈਕ ਬੰਦ ਪਏ ਹੋਏ ਆ ਹਵਾਜਾਈ ਬੰਦ ਪਈ ਹੋਈ ਆ ਪੰਜਾਬ ਸਰਕਾਰ ਕੋ ਖੇਤੀਬਾੜੀ ਵਿਭਾਗ ਨੂੰ ਕੋ ਕੋਆਪਰੇਟਿਵ ਵਿਭਾਗ ਨੂੰ ਸਾਰੇ ਅੰਕੜੇ ਨੇ ਕਿ ਕਿੰਨਾ ਗੰਨਾ ਨਿਕਲਦਾ ਪੰਜਾਬ ਦੇ ਵਿੱਚੋਂ ਪਰ ਏਕੜ ਤੇ ਕਿੰਨੇ ਲੱਖ ਏਕੜ ਗੰਨਾ ਲੱਗਦਾ ਤੇ ਕਿੰਨਾ ਉਹਦਾ ਪੰਜਾਬ ਸਰਕਾਰ ਨੂੰ ਕਿੰਨੀ ਅਦਾਇਗੀ ਕਰਨੀ ਪੈਂਦੀ ਹੈ ਇਹਦੇ ਸਾਰੇ ਅੰਕੜੇ ਇਹਨਾਂ ਕੋ ਪਏ ਨੇ ਆਪਣੇ ਖੇਤੀਬਾੜੀ ਦੇਰੇ ਵਿਭਾਗ ਕੋ ਰੰਧਾਵਾ ਸਾਹਿਬ ਨੂੰ ਪਤਾ ਆ ਮੁੱਖ ਮੰਤਰੀ ਸਾਹਿਬ ਨੂੰ ਪਤਾ ਆ ਤੇ ਫਿਰ ਇਹ ਮੀਟਿੰਗਾਂ ਕਰਨ ਦਾ ਕੀ ਲੋੜ ਆ ਮੀਟਿੰਗ ਦੇ ਇੱਕ ਹੋਣੀ ਚਾਹੀਦੀ ਆ ਇੱਕ ਮੀਟਿੰਗ ਕਰਕੇ ਕਿਸਾਨਾਂ ਨੂੰ ਪੁੱਛੋ ਤੁਸੀਂ ਕੀ ਚਾਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਇਹ ਜਦੋਂ ਜਦੋਂ ਇਹੀ ਮੀਟਿੰਗਾਂ ਕੇਂਦਰ ਦੀ ਸਰਕਾਰ ਕਰਦੀ ਸੀ ਉਦੋਂ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਹਰ ਵਰਕਰ ਹਰ ਐਮਐਲਏ ਹਰ ਐਮਪੀ ਬੋਲਿਆ ਸੀ ਜੇ ਤੁਹਾਡੇ ਕੋਈ ਹੱਲ ਨਹੀਂ ਨਿਕਲਦਾ ਮੀਟਿੰਗਾਂ ਕਿਉਂ ਹੁਣ ਤੁਸੀਂ ਮੀਟਿੰਗਾਂ ਕਿਉਂ ਕਰ ਰਹੇ ਮੈਂ ਤਾਂ ਕਹਿੰਦਾ ਦੇਈ ਤੇ ਬਗੈਲਾਂ ਗੱਲ ਕਹੀ ਹੈ ਕਿ ਉਹ ਤਾਂ ਦਿੱਲੀ ਦੇ ਇਲਜ਼ਾਮ ਲੱਗਦਾ ਸੀਗਾ ਕਿ ਦਿੱਲੀ ਦੀ ਸਰਕਾਰ ਨੇ ਕੁਝ ਕਰਦੀ ਦਿੱਲੀ ਦੀ ਸਰਕਾਰ ਡਿਲੇ ਕਰ ਰਹੀ ਆ ਜਾਣ ਬੁਝ ਕੇ ਇਸ ਇਸ ਮਸਲੇ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਲਟਕਾਉਣਾ ਚਾਹੁੰਦੀ ਆ ਪਰ ਹੁਣ ਤਾਂ ਕੋਈ ਇਹਨੇ ਕੋ ਅਧੇਰੀ ਕਰਨ ਦਾ ਕੋਈ ਬਾਣਾ ਹੀ ਨਹੀਂ ਹੈਗਾ ਬਿਕੋਜ਼ ਸਾਰੇ ਅੰਕੜੇ ਉਹਨਾਂ ਕੋਲ ਹੈਗੇ ਆ ਕਿੰਨਾ ਗੰਨਾ ਪੈਦਾ ਹੁੰਦਾ ਕਿੰਨੀ ਗਨੇ ਵਿਕਾਸਤ ਹੁੰਦੀ ਆ ਕਿੰਨਾ ਗਨੇ ਦਾ ਝਾੜ ਨਿਕਲਦਾ ਕਿੰਨੇ ਲੱਖ ਏਕੜ ਗੰਨਾ ਲੱਗਦਾ ਤੇ ਉਹਦੇ ਮੁਤਾਬਕ ਜਿਹੜੀ ਕੀਮਤ ਕਿਸਾਨ ਮੰਗਦੇ ਆ ਉਹ ਆਪਣੇ ਬੈਠ ਕੇ ਉੱਥੇ ਚੰਡੀਗੜ੍ਹ ਉਹਦਾ ਕੈਲਕੂਲੇਸ਼ਨ ਕਰ ਸਕਦੇ ਆ ਇਹਦੇ ਚ ਕੋਈ ਬਹੁਤੀ ਮੀਟਿੰਗ ਕਰਨ ਦੀ ਲੋੜ ਨਹੀਂ ਹਾਂ ਜੇ ਮੀਟਿੰਗ ਕਰਨੀ ਕਿਸਾਨਾਂ ਨੂੰ ਬੁਲਾਓ ਇੱਕ ਮੀਟਿੰਗ ਕਰਕੇ ਤੇ ਫੈਸਲਾ ਕਰੋ ਪਰ ਜੇ ਤੁਸੀਂ ਜ਼ਿਆਦਾ ਲੰਮਾ ਕਰੋਗੇ ਤੇ ਅੰਦੋਲਨ ਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ ਤੇ ਲੋਕ ਤਾਂ ਪਰੇਸ਼ਾਨ ਹੋਣਗੇ ਸੁਖਿੰਦਰ ਸਿੰਘ ਰੰਦਾਵਾ ਪਪਤ ਸਰਕਾਰ ਦੇ ਨੁਮਾਇੰਦੇ ਆ ਕੋਈ ਵੀ ਗੱਲ ਉਹ ਜਨਤਾ ਦੇ ਲਈ ਜਿਹੜੀ ਠੀਕ ਹੋਵੇ ਖੁੱਲ ਕੇ ਬੋਲਦੇ ਆ ਤੁਹਾਨੂੰ ਇਹ ਨਹੀਂ ਲੱਗਦਾ ਸੁਖਿੰਦਰ ਸਿੰਘ ਰੰਦਾਵਾ ਤੇ ਕੈਪਟਨ ਦੇ ਵਿੱਚ ਥੋੜੀ ਤੂ-ਤੂ ਮੈਂ-ਮੈਂ ਹੈ ਦਿਲੋਂ ਕਿਉਂਕਿ ਕੈਪਟਨ ਅਮਿੰਦਰ ਸਿੰਘ ਤਾਂ ਨਾ ਬੋਲਦੇ ਹੋਣ ਦੇਖੋ ਰੰਧਾਵਾ ਸਾਹਿਬ ਬੜੇ ਸਿਆਣੇ ਮਨਿਸਟਰ ਨੇ ਉਹਨਾਂ ਨੇ ਆਪਣਾ ਮਹਿਕਮਾ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਉਹਨਾਂ ਦਾ ਚਲੋ ਪੰਜਾਬ ਵਿੱਚ ਬੜਾ ਆਦਰ ਸਤਕਾਰ ਆ ਚਾਹੇ ਕਾਂਗਰਸ ਦੇ ਵਜ਼ੀਰ ਆ ਪਰ ਸਾਨੂੰ ਇਹ ਗੱਲ ਕਹਿਣ 'ਚ ਕੋਈ ਆਪਣੇ ਹਿਜਕਚਾਟ ਨਹੀਂ ਹੈ ਕੋਈ ਰਿਕਵਰ ਨਹੀਂ ਪਰ ਇਹ ਆ ਵੀ ਕੈਪਟਨ ਮਰਿੰਦਰ ਸਿੰਘ ਨਾਲ ਚਲੋ ਧੜੇਬੰਦੀ ਕਾਂਗਰਸ ਪਾਰਟੀ ਦੀ ਆਪਾਂ ਨੂੰ ਸਾਰੇ ਸਾਹਮਣੇ ਹੀ ਆ ਕਿ ਬਹੁਤ ਆਪਣੇ ਤਿੱਖੀ ਧੜੇਬੰਦੀ ਹੈ ਕਾਂਗਰਸ ਪਾਰਟੀ ਵਿੱਚ ਕੈਪਟਨ ਸਾਹਿਬ ਦਾ ਧੜਾ ਵੱਖਰਾ ਦੂਸਰਾ ਧੜਾ ਵੱਖਰਾ ਆ ਪਰ ਇਹ ਤਾਂ ਪੰਜਾਬ ਦਾ ਹਿੱਤ ਆ ਕਿਸਾਨਾਂ ਦਾ ਭਵਿੱਖ ਆ ਇਹ ਤਾਂ ਪੰਜਾਬ ਦਾ ਜਿਹੜਾ ਆਉਣ ਵਾਲਾ ਸਮਾਂ ਦੀ ਇਹਨਾਂ ਨੇ ਫੈਸਲਾ ਲੈਣਾ ਤੇ ਜੇ ਤਾਂ ਇਹ ਇਹ ਪੰਜਾਬ ਦਾ ਪਲਾ ਚਾਹੁੰਦੇ ਆ ਪੰਜਾਬ ਨੂੰ ਚੰਗਾ ਦੇਖਣਾ ਚਾਹੁੰਦੇ ਖੁਸ਼ਹਾਲ ਦੇਖਣਾ ਚਾਹੁੰਦੇ ਆ ਫਿਰ ਤਾਂ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਪਿੱਛੇ ਖੜਾ ਪਊਗਾ ਕੈਪਟਨ ਸਾਹਿਬ ਨੂੰ ਅਲਟੀਮੇਟਲੀ ਫੈਸਲਾ ਤਾਂ ਕੈਪਟਨ ਸਾਹਿਬ ਨੇ ਲੈਣਾ ਉਹ ਤਾਂ ਆਪਣੇ ਜਿਹੜੇ ਮਿਨਿਸਟਰ ਰੰਦਾਵਾ ਆ ਉਹਨਾਂ ਨੇ ਆਪਣੀ رائے ਦੇਣੀ ਆ ਮਹਿਕਮੇ ਨੂੰ ਡਿਪਾਰਟਮੈਂਟ ਨੂੰ ਫੈਸਲਾ ਤਾਂ ਮੁੱਖ ਮੰਤਰੀ ਨੇ ਲੈਣਾ ਜਾਂ ਸਰਕਾਰ ਨੇ ਲੈਣਾ ਸੋ ਇਹ ਧੜੇਬੰਦੀਆਂ ਦਾ ਵਿੱਚ ਕੋਈ ਰੋਲ ਨਹੀਂ ਇਹਦੇ ਇਹ ਤਾਂ ਮੁੱਖ ਮੰਤਰੀ ਨੂੰ ਫਰਾਗ ਦੇ ਲਈਨਾ ਜੋ ਕਿਸਾਨ ਮੰਗ ਕਰ ਰਹੇ ਨੇ ਉਹਨੂੰ ਮੰਨਣਾ ਚਾਹੀਦਾ ਉਹਨਾਂ ਕੋ ਸਾਰਾ ਕੁਝ ਹੈਗਾ ਤੇ ਇਹਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਨਵਜੋਤ ਸਿੰਘ ਸਿੱਧੂ ਦਾ ਵੀ ਇਹਦੇ ਉੱਤੇ ਕਿਸਾਨ ਗੰਨੇ ਦੀ ਰੇਟ ਦੇ ਉੱਤੇ ਕੋਈ ਹਾਲੀ ਤੱਕ ਬਿਆਨ ਨਹੀਂ ਆਇਆ ਇਹ ਦੇਖੋ ਇਹ ਤਾਂ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਆ ਇਸ ਗੱਲ ਨੂੰ ਦੇਖ ਰਹੇ ਆ ਵਾਚ ਰਹੇ ਆ ਕਿ ਤਿੰਨ ਦਿਨ ਹੋ ਗਏ ਤਰਨ ਲੱਗਿਆਂ ਨੂੰ ਅੱਗੇ ਨਵਜੋਤ ਸਿੰਘ ਸਿੱਧੂ ਕਹਿੰਦਾ ਸੀਗਾ ਕਿ ਪਿਆਸਾ ਆਪਣੇ ਉਹ ਖੂਕ ਹੋ ਜਾਂਦਾ ਆ ਉਹ ਵੀ ਗੱਲ ਗਲਤ ਕਹੀ ਉਹਨਾਂ ਨੇ ਵੀ ਖੂਪ ਪਿਆਸੇ ਕੋ ਨਹੀਂ ਆਉਂਦਾ ਬੜੀ ਗਲਤ ਗੱਲ ਸੀ ਨਹੀਂ ਸੀ ਚਾਹੀਦਾ ਉਹਨਾਂ ਨੇ ਚਲੋ ਆਪਣੇ ਇਸ ਗੱਲ ਨੂੰ ਉਸ ਸਮੇਂ ਸਿਰ ਆਪਣੇ ਮੁਤਾਬਕ ਗਲਤ ਆਖਿਆ ਪਰ ਹੁਣ ਤਾਂ ਇਸ ਕਾਰਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਜੀ ਬਿਲਕੁਲ ਹੋਇਆ ਕਿਸਾਨਾਂ ਨੇ ਕਿਹਾ ਕਿ ਇਹ ਗੱਲ ਤੇ ਨੂੰ ਕਹਿਣੀ ਨਹੀਂ ਚਾਹੀਦੀ ਤੂੰ ਉਹ ਜ਼ਖਮਾਂ ਦੇ ਲੂਣ ਨੂੰ ਛਿੜਕ ਰਿਆਂ ਪਰ ਸਿੱਧੂ ਸਾਹਿਬ ਜੇ ਤੁਸੀਂ ਪ੍ਰਧਾਨ ਬਣੇ ਹੋ ਪੰਜਾਬ ਕਾਂਗਰਸ ਦੇ ਤੇ ਤੁਹਾਨੂੰ ਅੱਗੇ ਤੁਸੀਂ ਰੋਜ਼ ਕਹਿੰਦੇ ਆ ਕਿ ਅਸੀਂ ਆਪਣੇ ਬਿਜਲੀ ਸਸਤੀ ਕਰਨ ਕਰਨੀ ਆ ਅਸੀਂ ਜਿਹੜੇ ਆ 18 ਮੁੱਦੇ ਆ ਜਿਹੜੇ ਆਪਣੇ ਦਿੱਲੀ ਤੋਂ ਆਏ ਨੇ ਬਣ ਕੇ ਉਹਨਾਂ ਤੇ ਅਸੀਂ ਗੌਰ ਕਰਕੇ ਆਪਣੇ ਪੰਜਾਬ ਸਰਕਾਰ ਨੂੰ ਉਹਨਾਂ ਮੁੱਦਿਆਂ ਨੂੰ ਲਾਗੂ ਕਰਨਾ ਆ ਉਹਨਾਂ ਤੇ ਕੰਮ ਕਰਨਾ ਆ ਸਟੇਬਿਲਿਟੀਸ ਨੂੰ ਯੋਤੇ ਆ ਜੋ ਵੀ ਇਹਨਾਂ ਦੀ ਆਪਣਾ ਹੈਗਾ ਆਪਣੀ ਹੈਗੀ ਆ ਸੋਚ ਆ ਪੰਜਾਬ ਸਰਕਾਰ ਦੀ ਜੋ ਕਾਂਗਰਸ ਪਾਰਟੀ ਕਹਿ ਰਹੀ ਆ ਪਰ ਅੱਜ ਸਿੱਧੂ ਸਾਹਿਬ ਨੂੰ ਚਾਹੀਦਾ ਸੀਗਾ ਇਹਨਾਂ ਕਿਸਾਨਾਂ ਨੂੰ ਸਾਦੇ ਉਥੇ ਚੰਡੀਗੜ੍ਹ ਬੁਲਾਉਂਦੇ ਆਪਣੇ ਕੋਲ ਤੇ ਇਹਨਾਂ ਨੂੰ ਕਹਿੰਦੇ ਦੱਸੋ ਭਾਈ ਤੁਹਾਡੀ ਕੀ ਮੰਗਿਆ ਤਾਂ ਅਸੀਂ ਸਿੱਧੂ ਸਾਹਿਬ ਜਾਣ ਕੈਪਟਨ ਰਮੇਂਦਰ ਕੋ ਉੱਥੇ ਜਾ ਕੇ ਇਸ ਗੱਲ ਨੂੰ ਯਕੀਨਨ ਬਣਾਉਣ ਲਾਗੂ ਕਰਾਉਣ ਕੈਪਟਨ ਸਾਹਿਬ ਤੋਂ ਐਲਾਨ ਕਰਾਉਣ ਕਿ 400 ਰੁਪਇਆ ਆਪਣੇ ਪਰ ਕਵਾਂਟਲ ਗੰਨੇ ਦਾ ਭਾਅ ਆ ਤੇ ਜਿਹਨੇ 200 ਕਰੋੜ ਰੁਪਇਆ ਰਹਿੰਦਾ ਸੀ ਸਾਰਾ ਉਹਦੀ ਹਦਾਈ ਕੀ ਕਰਤੀ ਆ ਪਰ ਸਿੱਧੂ ਸਾਹਿਬ ਚੁੱਪ ਨੇ ਉਹਨੇ ਚੋਪਰ ਦੇ ਪਿੱਛੇ ਕੀ ਰਾਜ਼ ਆ ਇਹਦਾ ਸਿੱਧੂ ਸਾਹਿਬ ਦੱਸ ਸਕਦੇ ਆ ਪਰ ਇਹਦਾ ਮਤਲਬ ਇਹ ਆ ਕਿ ਸਿੱਧੂ ਸਾਹਿਬ ਵੀ ਗੱਲਾਂ ਜ਼ਿਆਦੀਆਂ ਤੇ ਬਾਕੀ ਕੰਮ ਥੋੜਾ ਆ ਇਹ ਟੋੜ ਕੇ ਡਾੜ ਕੇ ਸੁਣਾ ਕੇ ਜਾਂ ਸ਼ੇਰੋ ਸ਼ੇਰੀ ਕਰਕੇ ਲੋਕਾਂ ਦਾ ਟਿੱਡ ਨਹੀਂ ਭਰਦਾ ਸਿਆਸਤ ਬੜੀ ਸੀਰੀਅਸ ਆਪਣੇ ਹੈਗਾ ਆ ਖੇਤਰ ਆ ਇਹਦੇ ਵਿੱਚ ਬੜੇ ਸੀਰੀਅਸਲੀ ਕੰਮ ਕਰਨਾ ਪਊਗਾ ਤਾਂ ਹੀ ਲੋਕ ਲੀਡਰਾਂ ਤੇ ਯਕੀਨ ਕਰਨਗੇ ਇਸ ਗੱਲ ਨੂੰ ਲੈ ਕੇ ਤੁਹਾਡੀ ਹਾਈ ਕਮਾਂਡ ਨਾਲ ਕੋਈ ਗੱਲਬਾਤ ਹੋਈ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ ਸੁਖਬੀਰ ਸਿੰਘ ਬਾਦਲ ਜੀ ਨੇ ਐਲਾਨ ਕਰਤਾ ਕਿਉਂਕਿ ਜਿਹੜੀ ਕੀਮਤ ਕਿਸਾਨ ਚਾਹੁੰਦੇ ਆ ਸੀ ਉਹ ਕੀਮਤ ਉਹਨਾਂ ਨੂੰ ਦਵਾਂਗੇ ਤੇ 380 ਰੁਪਏ ਆ ਜਾਂ ਵੱਧਿਆ ਜਿਹੜੀ ਜਿਹੜੀ ਕਿਸਾਨਾਂ ਦੀ ਕੀਮਤ ਬਣਦੀ ਆ ਇਹਦੇ ਆਪਣੇ ਉਹਦੇ ਆਪਣੇ ਮਹਿੰਗਾਈ ਦੇ ਆਪਣੇ ਰੇਟ ਦੇ ਮੁਤਾਬਕ 인ਫਲੇਸ਼ਨ ਦੇ ਮੁਤਾਬਕ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਵੀ ਵਿਰੋਧ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਚਲੋ ਉਹ ਤਾਂ ਉਹ ਦੇਖੋ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਭਾਜਪਾ ਦਾ ਲੇਕਿਨ ਬਾਕੀ ਉਹ ਸਵਾਲ ਕਰ ਰਹੀਆਂ ਬਾਕੀ ਪਾਰਟੀਆਂ ਤੋਂ ਸਵਾਲ ਸੜਦੋ ਵੀ ਕਰਨ ਅਸੀਂ ਜੀ ਸਦਕੇ ਅਸੀਂ ਵੀ ਕਿਸਾਨ ਆ ਅਸੀਂ ਕਿਸਾਨ ਪਰਿਵਾਰਾਂ ਵਿੱਚੋਂ ਆ ਅਸੀਂ ਉਹਨਾਂ ਵਰਗੇ ਹੀ ਆ ਸਾਡੀ ਪੂਰੀ ਸਪੋਰਟ ਹੈ ਉਹਨਾਂ ਨੂੰ ਸਮਰਥਨ ਹੈ ਕਿਸਾਨੀ ਅੰਦੋਲਨ ਨੂੰ ਸਾਰੇ ਆਪਣੇ ਜਿੰਨੇ ਵੀ ਚਾਹੇ ਕਿਸਾਨ ਮਜ਼ਦੂਰ ਨੇ ਆਪ ਸਾਧਾਰਨ ਵਿਅਕਤੀ ਹੈ ਉਸ ਦਾ ਪਰਿਵਾਰਾਂ ਚਾਹੇ ਜਨਮ ਲਿਆ ਤਾਂ ਅਸੀਂ ਨਾਲ ਖੜੇ ਕਿਸਾਨਾਂ ਦੇ ਤੇ ਲੇਕਿਨ ਜੇ ਉਹ ਕੋਈ ਸਰ ਤੋਂ ਪੁੱਛਣਾ ਚਾਹੁੰਦੇ ਆ ਅਸੀਂ ਉਹਦਾ ਜਵਾਬ ਦੇਣ ਨੂੰ ਤਿਆਰ ਆ ਪਰ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਦਿੱਲੀ ਦਾ ਮੋਰਚਾ ਲੱਗਾ ਫਤਿਹ ਹੋਣਾ ਚਾਹੀਦਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਆ ਅਗਰ ਕੋਈ ਕਾਨੂੰਨ ਉਹਨਾਂ ਨੂੰ ਬਣਾਉਣਾ ਹੈ ਕਿਸਾਨਾਂ ਨੂੰ ਪ੍ਰੋਸੈਸ ਲੈ ਕੇ ਬਿਠਾ ਕੇ ਨਵੇਂ ਕਾਨੂੰਨ ਬਣਾਉਣ ਅਗਰ ਲੋੜ ਹੋਵੇ ਤਾਂ ਕਾਨੂੰਨ ਬਣਾਉਣ ਦੀ ਨਹੀਂ ਤਾਂ ਇਹ ਜਿਹੜਾ ਖੇਤੀਬਾੜੀ ਦਾ ਖੇਤਰ ਆ ਇਹ ਸੂਬਿਆਂ ਦਾ ਖੇਤਰ ਆ ਇਹ ਕੇਂਦਰ ਦਾ ਖੇਤਰ ਨਹੀਂਗਾ ਸੰਵਿਧਾਨ ਵਿੱਚ ਲਿਖਿਆ ਗਿਆ ਪਰ ਸੰਵਿਧਾਨ ਦੀ ਲੰਗਣਾ ਕਰੀ ਜਾਂਦੇ ਆ ਇਹ ਤਾਂ ਦਿੱਲੀ ਇਸ ਗੱਲ ਦਾ ਜਵਾਬ ਦੇ ਆ ਇੰਡੀਆ ਗਵਰਨਮੈਂਟ ਇਸ ਗੱਲ ਦਾ ਜਵਾਬ ਦੇਵੇ ਪਰ ਆਪਣੇ ਜਿਹੜੇ ਕਿਸਾਨ ਸਾਨੂੰ ਸਵਾਲ ਕਰਦੇ ਅਸੀਂ ਉਹਨਾਂ ਦਾ ਜਵਾਬ ਦੇਣ ਨੂੰ ਤਿਆਰ ਆ ਉਹਨਾਂ ਨੇ ਕਿਹਾ ਵੀ ਆ ਕਿ ਭਾਜਪਾ ਦਾ ਵਿਰੋਧ ਕਰਨਾ ਉਹਨਾਂ ਨੇ ਬਾਕੀ ਪਾਰਟੀਆਂ ਦਾ ਵਿਰੋਧ ਨਹੀਂ ਕਰਨਾ ਅਗਰ ਕੋਈ ਪਾਰਟੀ ਇਸ ਦੀ ਆੜ ਪਿੱਛੇ ਕੋਈ ਵਿਰੋਧ ਕਰੇ ਤੇ ਇਹ ਗੱਲ ਚੰਗੀ ਨਹੀਂ ਭਰਾ ਮਾਰੂ جنگ ਨਹੀਂ ਚਾਹੀਦੀ ਆਪੋਸਿਟ ਚਾਪਾ ਨੂੰ ਲੜਨਾ ਨਹੀਂ ਚਾਹੀਦਾ ਕੇਂਦਰ ਦਾ ਚਾਹੁੰਦਾ ਆ ਕਿ ਪੰਜਾਬੀ ਆਪੋਸਿਟ ਲੜ ਜਾਣ ਤੇ ਮਾਹੌਲ ਪੰਜਾਬ ਦਾ ਖਰਾਬ ਹੋਵੇ ਉਹਦਾ ਕੇਂਦਰ ਨੂੰ ਸ਼ੂਟ ਕਰਦਾ ਇਹ ਨਹੀਂ ਚਾਹੀਦਾ ਜਿਹੜੀ ਪਾਰਟੀ ਜੀ ਕਸੂਰਵਾਰ ਹੈ ਉਹਨੂੰ ਟਾਰਗੇਟ ਕਰਨਾ ਚਾਹੀਦਾ ਅਜੇ ਤੱਕ ਕਿਸਾਨਾਂ ਦਾ ਖੜੇ ਆ ਸੋ ਸਰਦਾਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਦੇਕਰ ਕਿਸਾਨੀ ਅੰਦੋਲਨ ਫਤਿਹ ਨਹੀਂ ਆਪਣੇ ਹਾਸਲ ਹੁੰਦੀ ਜਾਂ ਕਾਮਯਾਬ ਨਹੀਂ ਹੁੰਦਾ ਅਕਾਲੀ ਦਲ ਡਟ ਕੇ ਉਹਨਾਂ ਦਾ ਜਿਹੜਾ ਸਮਰਥਨ ਕਰੂਗਾ ਇਸੀ ਨੁਕਦਰ ਤੋਂ ਵਿਧਾਇਕ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਕਿਸਾਨ ਕਹਿੰਦੇ ਆ ਉਹ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਦਿੱਲੀ ਦੇ ਵਿੱਚ ਮਾਹੌਲ ਬਣਿਆ ਹੋਇਆ ਉਹ ਇੱਥੇ ਨਾ ਬਣ ਸਕੇ ਕੈਮਰਾਮੈਨ ਜਤਿੰਦਰ ਨਾਲ ਵਿਨੇਸ਼ ਸ਼ਰਮਾ ਦਾਨੀਸ਼ਵਰ ਟੈਲੀ ਜਲੰਧਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਹੀ ਕਰਤ ਹੀ ਸਮਝ ਸਕਦੀ ਹੈ ਰੋਹਾਨੀਅਤ ਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦਿਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਨੇਜ ਪਤੀ ਪਤਨੀ ਚ ਝਗੜਾ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ਿਕਰਣ ਇੱਕ ਸੱਚਾਈ ਹੈ ਵਸ਼ਿਕਰਣ ਕਰਵਾਓ ਮਨ ਚਾਹ ਪਿਆਰ ਪ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕਮ ਦੀ ਗਾਰੰਟੀ ਜੇ ਕਹਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460